ਮਜ਼ਦੂਰ ਦਿਵਸ ਤੇ ਆਯੋਜਿਤ ਇੱਕ ਰੈਲੀ ਵਿੱਚ ਕਿਸਾਨ ਮੁਖਤਿਆਰ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿੱਚ ਮੁਆਵਜ਼ਾ ਲੈਣ ਅਤੇ ਹੋਰ ਮੰਗਾਂ ਦੀ ਪੂਰਤੀ ਦੇ ਲਈ ਸੰਘਰਸ਼ਸ਼ੀਲ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਬਠਿੰਡਾ ਮਾਨਸਾ ਸੜਕ ਤੇ ਓਵਰਬ੍ਰਿਜ ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਹ ਧਰਨਾ ਸਾਰਾ ਦਿਨ ਚੱਲਦਾ ਰਿਹਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੇਸ਼ੱਕ ਕਿਸਾਨਾਂ ਨੇ ਕਾਫੀ ਦੇਰ ਤੱਕ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ, ਪਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਅਤੇ ਕੋਈ ਵੀ ਅਧਿਕਾਰੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ। ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਕਾਰਨ ਕਿਸਾਨ ਦੀ ਲਾਸ਼ ਦਾ 10 ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ ਹੋ ਸਕਿਆ। ਹੋ ਗਈ ਸੀ ਉਹਦੀਆਂ ਤਿੰਨ ਮੰਗਾਂ ਨੂੰ ਲੈ ਕੇ ਅਸੀਂ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਉਸ ਪਰਿਵਾਰ ਦੇ ਚੜ੍ਹਿਆ ਕਰਜ਼ਾ ਖਤਮ ਕਰਾਉਣ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਦੋਜਹਿਦ ਕਰ ਰਹੇ ਹਾਂ। ਦੋ ਵਾਰਾਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਚੁੱਕੀ ਹੈ, ਬਕਾਇਦਾ ਇਹ ਮੰਗਾਂ ਮੰਨ ਕੇ ਦੁਬਾਰੇ ਮੁਕਰ ਇਸ ਕਰਕੇ ਉਹ ਮੁਕਰ ਕੇ ਇਹਦਾ ਮਤਲਬ ਇਹ ਬਣਦਾ ਕੈਪਟਨ ਸਰਕਾਰ ਦਾ ਉੱਤੋਂ ਇਸ਼ਾਰਾ, ਇਸ ਕਰਕੇ ਅਸੀਂ ਇਹ ਗੱਲ ਲੈ ਕੇ ਗਏ ਹਾਂ। ਉੱਦਾਂ ਅਸੀਂ 3 ਤਰੀਕ ਨੂੰ ਇੱਥੋਂ ਐਲਾਨ ਕਰਕੇ ਗਏ ਸੀ ਵੀ 10 ਤਰੀਕ ਤੱਕ ਅਸੀਂ ਡੀਕਾਂਗੇ, ਉਦੋਂ ਤੱਕ ਹਾਲੇ ਤੱਕ ਉਸ ਮੁਖਤਿਆਰ ਸਿੰਘ ਦਾ ਅਸੀਂ ਸੰਸਕਾਰ ਨਹੀਂ ਕੀਤਾ, ਉਹਦਾ ਕੋਈ ਪੋਸਟਮਾਰਟਮ ਨਹੀਂ ਕੀਤਾ। ਉਹ ਵੀ ਸਾਡਾ ਨਾਲ ਹੀ ਮਤਲਬ ਹੈਗਾ, ਹਾਲੇ ਤੱਕ ਪੋਸਟਮਾਰਟਮ ਨਾਲ ਉਹਦਾ ਸੰਸਕਾਰ ਕੀਤਾ ਅਤੇ ਅੱਜ ਅਸੀਂ ਇਸ ਤੋਂ ਬਾਅਦ ਇੱਥੋਂ ਇੱਥੇ ਟੇਕੇ ਨਹੀਂ ਬੈਠਾਂਗੇ, ਅਸੀਂ ਸ਼ਹਿਰ 'ਚ ਮੁਜ਼ਾਹਰਾ ਕਰਾਂਗੇ।